ਉਹਨਾਂ ਨੂੰ ਕਹਿ ਬੈਠੇ ਵਾਕਰਨ ਜਾਣਾ ਅੱਜ ਮੌਸਮ ਚੰਗਾ ਹੋਇਆ ਤੇ ਉਹਨਾਂ ਨੇ ਕਿ ਮੌਸਮ ਚੰਗਾ ਹੋਇਆ ਨਾ ਜੀ ਤੂੰ ਤੇ ਅਸੀਂ ਫੱਟੇ ਚੁੱਕ ਕੇ ਟੰਗਣੇ ਨੇ ਜਨਾਬੇ ਸੁੱਟ ਦੇ ਸਾਰੇ ਕਿਉਂਕਿ ਇਹਨਾਂ ਤਰਫੋਂ ਤੇ ਨਹੀਂ ਨਹੀਂ ਅਸੇ ਲੱਗਉਂਦੀ ਨਹੀਂ ਨਹੀਂ ਇਹ ਜਿਹੜੇ ਨਾ ਮੈਨੂੰ ਲੱਗਦਾ ਪਿੱਛੇ ਤਾਂ ਨਕਿਆ ਵੀ ਕਿ ਰਸੀਆਂ ਬਣ ਕੇ ਇਹਨਾਂ ਨੂੰ ਫੈਸਟ ਕਰ ਸਕਦੇ ਹੋ ਇਹ ਬੰਨੀਆਂ ਵੇਖ ਇਹਨਾਂ ਦੀ ਮਤ ਵੱਜ ਗਈ ਹੁਣ ਜਿੰਨੀ ਤਰ੍ਹਾਂ ਪਈਆਂ ਉਹ ਢਿੱਕ ਢਿੱਕ ਕਿਉਂ ਚਾਰੇ ਉੰਜੀ ਟੁੱਟ ਗਈ ਮੈਂ ਤਾਂ ਕਹਿੰਦਾ ਤਰਾ ਕਸੂਰਤ ਨਿਕਲਦਾ ਹੈ ਨਾ ਸਾਡੇ ਸਾਸੀ ਭੱਜ ਕੇ ਭੱਜ ਕੇ ਬਾਹਰ ਆਣੇ ਸਾਨੂੰ ਦੇ ਹੋ ਮੌਸਮ ਚੰਗਾ ਅਜੇ ਫਟੇ ਚੁੱਕਾ ਨਹੀਂ ਨਹੀਂ ਇਹਨਾਂ ਨੇ ਇੱਥੇ ਆ ਕੇ ਕਹਿਣਾ ਗਾਰਡਨ ਬਹੁਤ ਗੰਦਾ ਹੋ ਗਿਆ ਹੈ ਗਾਰਡਨ ਸਾਫ਼ ਕਰਨਾ ਹੈ ਹੁਣ ਇਹਨਾਂ ਨੇ ਬਸ ਫੱਟੇ ਲਾਣੇ ਨੇ ਤੇ ਗਾਰਡਨ ਸਾਫ਼ ਅੱਬਾ ਸਾਥ ਛਾੜੇ ਤੇ ਅਸੀਂ ਆਜੋ ਚੱਲੀਏ ਵਾ ਮੈਂ ਹੈ ਮੈਂ ਕਿ ਜੈਕਟ ਪਾ ਲਵਾਂ ਵਾਕ ਚੱਕਰ ਟਰਾ ਲਈਏ ਜ਼ਰਾ ਅੱਜ ਮੈਂ ਮਾਈ ਕਰਕੇ ਆਵਾਂ ਮਾਈ ਕਰਕੇ ਆਉ ਤੂੰ ਨੀਰਾ ਬਹੁਤ ਹੋ ਜਾਣਾ ਨਾ ਫਿਰ ਅੱਜ ਤੂੰ ਕਿੰਨੇ ਤੇਰੇ ਉਹ ਮੈਮਰੀਜ਼ ਘਟ ਗਈ ਮੈਮਰੀਜ਼ ਕਿਹਦੇ ਕੈਲੋਰੀਜ਼ ਮੈਮਰੀਜ਼ ਤੇ ਕੈਲੋਰੀਜ਼ ਹਾਲ ਤੇਰੀ ਘੜੀ ਕਿੱਥੇ ਹੈ ਮੇਰੀ ਘੜੀ ਚਾਰਜਰ ਤੇ ਲਾਈ ਮੈਂ ਪਾ ਕੇ ਜਾਣੇ ਜਰਵਾ ਕਰਨ ਜਾਵਾਂ ਕਿ ਮੈਂ ਵੇਖਣੇ ਨੇ ਮੇਰੀ ਕਿੰਨੀ ਕੈਲਰੀ ਸੀ ਕਿੰਨੇ ਸਟੈਪ ਟੁਰੇ ਗਏ ਤੁਸੀਂ ਕਿੰਨੇ ਟੁਰੇ ਤੇ ਮੈਂ ਕਿੰਨੇ ਟੁਰੇ ਭਾਜੀ ਮੈਂ ਤੇਰੇ ਨਾਲੋਂ ਜ਼ਿਆਦਾ ਸਟੈਪ ਤੋਂ ਹਾਂ ਹਾਂ ਚਲੋ ਸਹੀ ਵੇਲੇ ਨੇ ਕੱਠਿਆ ਜਾਣਾ ਵੇ ਤੇ ਫਿਰ ਕਹਿੰਦੇ ੜੇ ਜ਼ਿਆਦਾ ਹੋਣੇ ਨੇ ਮੈਂ ਕੁਛ ਨਾ ਕੁਛ ਕਰਕੇ ਨਾ ਤੇਰੇ ਤੋਂੋਂ ਜ਼ਿਆਦਾ ਕਰ ਦੇਣਾ ਚਲੋ ਚਲੀਏ ਜੈਕਟ ਪਾਓ ਤੁਸੀਂ ਕਾਰ ਆਉਣਾ ਮੈਂ ਵੀ ਫਿਰ ਆਣੀ ਓਕੇ ਕਿੰਨਾ ਬੋਤੇ ਹੋ ਇਹਨਾਂ ਨਾਲ ਕਿ ਬਹੁਤ ਸਟੈਪ ਕਰਦੇ ਨੇ ਹੱਦ ਮੁੱਕੀ ਪਈ ਹੈ। ਥੱਕ ਗਈ ਜਨਾਬ ਹਾਂ ਚਲੋ ਕਿੰਨੇ ਮਹੀਨੇ ਬਾਅਦ ਆਏ ਤੁਸੀਂ? ਮੈਂ 6 ਕਿੰਨੇ ਬਾਅਦ। ਫੂਈ ਮਾਰੇ ਗਾਲੇ। ਬੋਤਰਾ ਜਨਾਬ ਹਾਂ ਹੁੰਦਾ ਚਾ ਮੌਸਮ ਨਾ ਅਮਾ ਕਰਾਂ। ਪੰਡਵੇ ਤੇ ਪੱਕਾ ਆਵਾ ਕਰਾਂ। ਪੰਡਵੇ। ਪੰਡਵੇ ਵਾਲੀ ਸਵਾਰੀ ਕੀਤੀ? ਹਾਂ। ਕਿ ਤੁਸੀਂ ਪਿੱਛੇ ਰੈਡੀ ਹੋਗੇ। ਹਾਂ। ਮੈਂ ਬੈਲ ਮਾਰੀ ਤੇ ਬਾਹਰ ਆ ਗਈ। ਹਾਂ। ਯਾ ਯੇ ਇਹ ਇੱਕ ਘੰਟਾ ਜੀ ਹੈ ਨਾ ਹਾਂ ਅਸੀਂ ਇਹਨੂੰ ਇਸਤੇਮਾਲ ਕਰਦੇ ਸੱਤ ਨੇ ਯਾਰ ਇਹ ਹੈ ਕਿ ਤੁਸੀਂ ਇਹ ਵਾਲਾ ਦੁੱਧ ਕਿਉਂ ਯੂਜ਼ ਕਰਦੇ ਕਮ ਫੈਟ ਵਾਲਾ ਇਹ ਮੈਨੂੰ ਵੀ ਨਹੀਂ ਪਤਾ ਬਈ ਕਿਉਂ ਯੂਜ਼ ਕਰਦੀ ਹੈ ਨਹੀਂ ਨਹੀਂ ਪਤਾ ਮੈਨੂੰ ਇਹਦੇ ਵਿੱਚ ਨਾ ਫੈਟ ਕਮ ਹੈ ਫਿਰ ਇਹਦਾ ਮਤਲਬ ਤੇ ਹੈ ਨਾ ਕਿ ਫੈਟ ਕਮ ਹੈ ਪਤਲਾ ਦੁੱਧ ਨਾ ਨਾ ਮੈਂ ਚਾਹ ਪੀਤੀ ਜਾਂਦੀ ਹੈ ਤੇ ਹੁਣ ਇਹ ਨਾ ਬਿਲਕੁਲ ਖਤਮ ਹੋ ਗਿਆ ਥੋੜਾ ਪੋੜਾ ਪੋਰਾ ਕੁਝ ਖੜਕਦਾ ਪਿਆ ਤੇ ਮੈਂ ਨਾ ਹੁਣ ਬਣਾ ਲਿਖ ਤੇ ਚਾਹ ਚਾਹ ਤੇ ਚਾਹ ਬਣਾਉਂਦੀ ਬਣਾਦੀ ਮੈਂ ਕਿ ਮੇਰਾ ਦਿਲ ਹੋਰ ਕੁਛ ਕਰਨ ਨੂੰ ਪੀਣ ਨੂੰ ਦਿਲ ਕਰਨਾ ਪਿਆ ਮੈਂ ਦੁੱਧ ਨਾਰਮਲ ਫੈਟ ਵਾਲਾ ਪਾ ਲਿਆ ਕਿਉਂਕਿ ਇਹ ਥੋੜਾ ਜਿਹਾ ਮੈਂਖੇ ਦੇ ਵਿੱਚ ਬਣਾਵਾਂਗੀ ਚਾਹ ਤੇ ਇਹਦੇ ਵਿੱਚ ਪਾਣੀ ਪਾ ਕੇ ਨਾ ਮੈਨੂੰ ਬਵਾਲਾ دیਵਾਨੀ ਬਵਾਲਾ ਉਬਾਲਾ ਜ਼ਬਾਨ ਗੋਲ ਮੋੜ ਹੋ ਜਾਂਦੀ ਗੱਲ ਕਰਦੇ ਆ ਤੇ ਮੈਨੂੰ ਤੇ ਐ ਹੀ ਹੁੰਦਾ ਕਿਸੇ ਦਿਨ ਮੇਰੀ ਗਾਲ ਜ਼ਬਾਨ ਉਨ ਵਾਲ ਪੈ ਜਾਂਣਾ ਪੁੱਠੇ ਚ ਤੇ ਲਫਜ਼ ਬੋਲ ਕੇ ਮਜ਼ਾਕ ਕਰਨ ਨਹੀਂ ਆ ਇਹਨੂੰ ਬਾਲਾ ਦਾਨ ਨਹੀਂ ਆ ਤੇ ਅਸੀਂ ਅੱਜ ਨਾ ਜਾਣਾ ਵੇ ਕਿੱਥੇ ਤੇ ਮੈਂ ਤੁਹਾਨੂੰ ਹੋਂਨਾ ਉੱਥੇ ਲੈ ਕੇ ਜਾਣੀ ਆ ਮੈਂ ਤੁਹਾਨੂੰ ਬਾਅਦ ਚ ਦੱਸਣੀ ਆ ਫਿਲਹਾਲ ਨਾ 11:30 12 ਦਾ ਟਾਈਮ ਹੈ ਕੱਪੜੇ ਮੈਂ ਪ੍ਰੈਸ ਕਰ ਲਏ ਨੇ ਬੱਚੇ ਅੱਦੇ ਪਛਦੇ ਉੱਠ ਗਏ ਨੇ ਤੇ ਅੱਦੇ ਪਛਦੇ ਜਿਹੜੇ ਨਾ ਉਹ ਜੇ ਸੁੱਤੇ ਨੇ ਕਿਉਂਕਿ ਉਹਨਾਂ ਨੂੰ ਅਸੀਂ ਇਹੀ ਕਿਹਾ ਸੀ 3 ਵਜੇ ਨਿਕਲਾਂਗੇ ਤੇ ਕੱਪ ਮੈਂ ਕੱਢਣਾ ਆਪਣੀ ਮਰਜ਼ੀ ਦਾ ਇਹ ਕੋਪ ਹੈ ਕੋਪ ਅੱਛਾ ਮੇਰੇ ਅੱਬੂ ਕਹਿੰਦਾ ਇੱਕ ਕੋਪ ਚਾਹ ਤੇ ਬਣਾਓ ਕੁੜੀ ਕੋ ਇੱਕ ਕੋਪ ਚਾਹ ਤੇ ਬਣਾਓ ਤੇ ਚਾਹ ਪੀਂਦੇ ਸਾਨੂੰ ਪਿਆਲੀ ਚ ਕਹਿੰਨਾਂ ਨਾ ਕੋਪ ਹੁੰਦਾ ਸੀ ਉਬਾਲ ਆ ਗਿਆ ਨੂੰ ਪਾਵਾ ਇਹਦੇ ਚ ਪਹਿਲਾਂ ਮੈਂ ਇੱਕ ਚਮਚਾ ਚ ਨਾ ਪਾ ਲਵਾਂ ਇਹ ਡਾਲ ਲੂੰ ਕਿ ਉੱਪਰ ਡਾਲਨੀ ਦੁੱਧ ਫਿਰ ਮਜ਼ਾ ਆਏ ਅੱਗੇ ਟੋਏ ਸੱਚੀ ਮੇਰੇ ਕੰਮ ਦੇਖੋ ਆਪਣੀ ਕੰਮ ਦਾ ਲੈਣੀ ਐਸਾ ਪੱਜ ਦੌਰ ਜੇ ਡੱਬਾ ਖੋਲੇ ਨਾ ਤੇ ਸਾਰਾ ਤਲੇ ਡੇ ਗਿਆ ਭੋਰਚੋਰ ਚਲੋ ਕੋਈ ਨਹੀਂ ਬੱਤੀ ਬਾਲੀਗੇ ਨੇਰੇ ਚ ਕੰਮ ਕਰੀ ਜਾਂਦੇ ਹੱਦ ਮੁੱਕ ਪਈ ਇਹ ਇੱਕ ਚਮਚਾ ਡਾਲ ਲੂੰਗੀ ਜ਼ਿਆਦਾ ਨਹੀਂ ਡਾਲੂੰਗੀ ਮਿੱਠਾ ਹੀ ਨਾ ਹੋ ਜਾਏਗਾ ਕਿ ਮੈਂ ਚੀਨੀ ਤੇ ਪਾਣੀ ਕੋਈ ਨਹੀਂ ਚਲੋ ਇੱਕ ਚਮਚਾ ਗਿਆ ਤਾਂ ਸਵਾ ਪਾਛੜਿਆ ਉੱਤੂ ਰੱਖ ਕੇ ਨਾ ਸ਼ੂਟ ਵਟ ਕੇ ਦੁੱਧ ਪਾਣਾ ਸ਼ੂਟ ਵਟ ਕੇ ਇੰਜ ਆਵਾਜ਼ ਆ ਨਹੀਂ ਚਾਹੀਦੀ ਕਿ ਤੁਸੀਂ ਦੂਰੂ ਰੱਖ ਕੇ ਬੰਦੂਕ ਚਲਾਏ ਐਨੀ ਬਾਤ ਆ ਨਹੀਂ ਚਾਹੀਦੀ ਕਿ ਤਨ ਲੱਗੇ ਦੂਰੂ ਰੱਖ ਕੇ ਤੁਸੀਂ ਬੰਦੂਕ ਚਲਾਏ ਚਲੋ ਜੀ ਇਹਨੂੰ ਕਰਨੇ ਗਰਮ ਅੱਛਾ ਸਰਦੀਆਂ ਵਿੱਚ ਨਾ ਆਉਂਦੇ ਚੀਜ਼ਾਂ ਵੀ ਨੂੰ ਬੜਾ ਦਿਲ ਕਰਦਾ ਐਵੇਂ ਬਸ ਮੇਜ਼ ਤੇ ਪਈ ਰਹਿਣੀ ਚਾਹੀਦੀ ਕੁਛ ਨਾ ਕੁਛ ਗਰਮ ਕਾਫੀ ਹੋ ਗਈ ਚਾਹੇ ਹੋ ਗਈ ਟੀ ਹੋ ਗਈ ਕੁਛ ਹੋ ਗਿਆ ਤੇ ਇਹਨੂੰ ਕਰਾ ਬੰਦ ਤੇ ਇਹਨੂੰ ਕਰਾ ਸਾਫ ਕੰਮ ਜਿਹੜਾ ਉਹਦਾ ਚੁੱਲਾ ਹੈ ਚੁੱਲਾ ਨੂੰ ਬੰਦ ਕਰਦੀ ਬੱਚਾ ਨਾ ਮੈਂ ਕਹਿੰਦੀ ਰਣੀ ਆ ਆਪ ਮੈਂ ਨਾ ਭੁੱਲ ਜਾਨੀ ਆ ਸੱਚੀ ਪੁੱਛੋ ਤੇ ਮਾੜੀ ਗੱਲ ਇਹ ਨਾ ਵੈਸੇ ਬੁਰੀ ਬਾਤ ਸਭ ਤੋਂ ਪਹਿਲਾਂ ਚੁੱਲਾ ਬੰਦ ਕਰੋ ਇਹਨੂੰ ਸਾਫ ਕਰਾਂ ਪਹਿਲੇ ਮੈਂ ਸ਼ੈਲਫ ਨੂੰ ਫੇਰ ਮੈਂ ਉੱਥੇ ਜਾਂਦੀ ਆ ਅੱਜ ਨਾ ਮੈਂ ਪਤਾ ਕਿਹੜਾ ਸੂਟ ਪਾਇਆ ਜਿਹਨੇ ਪਾਇਆ ਹਾਏ ਹਾਏ ਮੇਰੀ ਸ਼ਾਲ ਲੱਗ ਗਿਆ ਜਾਂਦੀ ਮੈਂ ਤਨ ਮਖਾਵਾਂ ਪਲੱਚੀ ਦਾ ਪਾਇਆ ਪਲੱਚੀ ਦਾ ਕਲਰ ਕਿੰਨਾ ਪਿਆਰਾ ਹੈ ਗ੍ਰੇ ਤੇ ਬਲੂ ਸਹੀ ਇਹ ਮੈਂ ਉੱਪਰ ਰੱਖ ਦਿੰਦਾ ਇਹ ਦੇਖੇ ਇਹ ਦੇਖੇ ਇਹ ਦੇਖੇ ਜੀ ਮੇਰਾ ਸੂਟ ਇੰਜ ਵੀ ਤਾਂ ਨਿਕਲਣਾ ਸੂਟ ਆਇਆ ਹੁਣ ਇੰਜ ਮੈਂ ਵਾਰ ਵਾਹਂਦੇ ਆ ਹੈ ਪਲੱਚੀ ਦਾ ਟੂ ਪੀਸ ਸੂਟ ਸ ਬੜਾ ਪਿਆਰਾ ਤੇ ਇਹਦੇ ਬਾਜ਼ੂ ਬਾਜ਼ੂ ਵੀ ਇੰਜ ਦੇ ਨੇ ਫਿੱਟੇ ਮੇ ਸ਼ਾਰ ਲੀ ਗੇ ਵੇਖੋ ਮੈਨੂੰ ਬੜੀ ਠੰਡ ਲੱਗਦੀ ਹੈ ਮੋਢਿਆਂ ਕੋ ਮੋਡਿੰਗ ਕੋ ਪਛਾਰ ਰੱਖਦੀ ਮੈਂ ਲਾਈਟ ਕਰਾਂ ਬੰਦ ਤੇ ਮੈਂ ਅੰਦਰ ਚਲਾਂ ਗੱਲਾਂ ਤੇ ਮੇਰੇ ਮੁੱਕਦੀ ਹੀ ਨਹੀਂ ਘੜੀ ਨਹੀਂ ਫੜੀ ਹਾਂ ਘੜੀ ਥੱਲੇ ਡਿੱਗੀ ਏ ਹੁਣ ਇੰਨੀ ਕਾਲੀ ਕਿ ਘੜੀ ਵੀ ਨਹੀਂ ਚੁੱਕਨੀ ਤੇ ਸਭ ਤੋਂ ਲੇਟ ਹੈ ਕਰਵਾਉਂਦੇ ਨੇ ਜਨਾਬ ਜਨਾਬ ਹੁਣ ਨਾ ਕਿਆ ਕਰ ਹੁਣ ਤੇ ਸਭ ਨੂੰ ਪਤਾ ਲੱਗ ਗਿਆ ਤੁਸੀਂ ਲੇਟ ਕਰਵਾਉਂਦੇ ਚਲੋ ਮਸ਼ਾਲ ਆ ਜਾਓ ਨੀਚੇ ਮੈਂ ਹੋ ਗਈ ਹੂੰ ਇਹ ਮੇਰੇ ਇੰਟਰਨੈਸ਼ਨਲ ਸਤਾ ਤੇ ਜੋ ਹੈ ਨਾ ਬਦਨਾਮ ਕੀਤਾ ਜਾ ਰਿਹਾ ਹੈ ਲਕਮਾਨ ਲਕਮਾਨ ਨੂੰ ਅੰਦਰ ਵੇ ਮਾਨ ਸਾਹਿਬ ਚਲੋ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਲੈ ਕੇ ਜਾਣੀ ਆ ਤੁਹਾਨੂੰ ਵੀ ਨਾਲ ਲੈ ਕੇ ਜਾਣੀ ਮੈਂ ਅੱਜ ਜਾ ਰਹੀ ਹਾਂ ਇਨਕੀ ਪੂਪੋ ਦੇ ਘਰ ਇਨਕੀ ਬੜੀ ਪੂਆ ਦੇ ਘਰ ਪੂਆ ਕਹਿੰਦੇ ਹੁੰਦੇ ਨੇ ਨਾ ਪੂਪੋ ਨੂੰ ਖਾਸ ਤੌਰ ਤੇ ਜਿਹੜੇ ਬਹਾਉਰਪੁਰ ਦੇ ਸਾਥੀ ਬਿੰਨ ਲੱਗਦੇ ਉਹ ਜ਼ਿਆਦਾਤਰ ਪੂਆ ਕਹਿੰਦੇ ਨੇ ਅਸੀਂ ਤੇ ਪੂਪੋ ਕਹਿੰਦੇ ਨਾ خیر ਬੱਚੇ ਕਿ ਪੂਪੋ ਕੀ ਤਰ੍ਹਾਂ ਜਾ ਰਹੀ ਹਾਂ ਬੜੀ ਠੰਡ ਸੀ ਅੱਜ ਤਾਂ ਸੂਰਜ ਆਇਆ ਨਹੀਂ ਸੀ ਕਿ ਮਤਲਬ ਕੀ ਕਹਿੰਦੇ ਨੇ ਫੁੱਲ ਰੈਡੀ ਸੀ ਕਿ ਹਾਂ ਹਾਂ ਤੁਸੀਂ ਬਾਹਰ ਨਿਕਲੋ ਤੁਹਾਨੂੰ ਬਹੁਤ ਗਰਮੀ ਲੱਗੇਗੀ ਪਰ ਨਹੀਂ ਤੇ ਖੈਰ ਬਾਹਰ ਨਿਕਲੇ ਨਾ ਸੂਰਜ ਜੇ ਕਿੰਨਾ ਝਾਤੀਆਂ ਮਾਰਦਾ ਪਿਆ ਵੇ ਤੇ ਵੇਖ ਕੇ ਗੱਡੀ ਚ ਵੇਖ ਕੇ ਬੜਾ ਮਜ਼ਾ ਆਂਦਾ ਲੇਕਿਨ ਤੁਸੀਂ ਬਾਹਰ ਜਾਂਦੇ ਨਾ ਫਿਰ ਉਹਦੀ ਤਾਂ ਫੇਰ ਬੜੀ ਠੰਡੀ ਸੂਰਜ ਤੇ ਬਿਲਕੁਲ ਧੋਖਾ ਦੇ ਦਿੰਦਾ ਜੇ ਤੇ ਖੈਰ ਮੌਸਮ ਖੁੱਲਾ ਅਸੀਂ ਹੈ ਤੇ ਸ਼ੁਕਰ ਅੱਲਾ ਮਿਹਰ ਕਰਨਾ ਚਾਹਤਾ ਜਿਹੜਾ ਇੱਕ ਧੁੰਦਾ ਵਾਲਾ ਮੌਸਮ ਸੀ ਜਾਂ برفਾਂ ਵਾਲਾ ਉਹ ਥੋੜਾ ਜਿਹਾ ਹੁਣ ਥੱਲੇ ਆ ਗਿਆ ਵੇ ਤੇ ਉਹਦੀ ਵੀ ਐ ਤਨਾ ਜਰਾ ਦਿਲ ਖੁਸ਼ ਨਾ 12ਵੇਂ ਕਿਦ ਮਜ਼ਾ ਆਂਦਾ ਵੀ ਤੁਹਾਨੂੰ ਪਤਾ ਜਿਹੋ ਜਿਹੇ ਵੈਦਰ ਹੋਣਾ ਤੁਹਾਡਾ ਮੂਡ ਉਂਝਦਾ ਹੋ ਜਾਂਦਾ ਵੀ ਅਗਰ ਤੁਹਾਡਾ ਪਿਛਲੇ ਦਿਨਾਂ ਚ ਬਹੁਤ ਸੁਸਤ ਵੈਦਰ ਸੀ ਨਾ ਤੇ ਅਸੀਂ ਵੀ ਸੁਸਤੀ ਹੋ ਗਈ ਤਾਂ ਬਾਹਰ ਹਰ ਵਕਤ ਹੁੰਦਾ ਸੀ ਕਿ ਅਸੀਂ ਨਾ ਕੋਈ ਸਾਨੂੰ ਕੋਈ ਕੰਮ ਨਾ ਕਵੇ ਕੋਈ ਮੂੰਹ ਚ ਕੋਈ ਚੀਜ਼ ਨਾ ਸਾਹੇ ਭੋਖੜਤਾਲ ਕਰ ਦੇ ਮੈਨੂੰ ਤੇ ਐ ਹੀ ਹੁੰਦਾ ਸੀ ਮੇਰੇ ਬੱਚੇ ਜੈਨ ਜੀ ਮੇਰੇ ਕੋਲ ਆਉਂਦੇ ਸੀ ਮੈਨੂੰ ਅਸਿਕੁਸ਼ ਮੇਰੇ ਕੋਲ ਨਾ ਮੰਗੇ ਨਾ ਬਸ ਭੋਖੜਤਾਲ ਚੱਲਣੀ ਚਾਹੀਦੀ ਘਰ ਵਿੱਚ ਕੋਈ ਖਾਣ ਨਾ ਮੰਗੇ ਨਾ ਪੀਣ ਨਾ ਬਸ ਕੰਬਲ ਲੈ ਕੇ टीवी ਲੱਗਿਆ ਹੋਵੇ ਕੰਮਲ ਹੋਵੇ ਹੱਜ ਕਾਬ ਦਾ ਚਾਹ ਹੋਵੇ ਤੇ ਬਸ ਐਹੀ ਜ਼ਿੰਦਗੀ ਹੋਣੀ ਚਾਹੀਦੀ ਸਰਤੀਆਂ ਵਿੱਚ ਲੇਕਿਨ ਇਹ ਝੂਠ ਇੰਜ ਨਹੀਂ ਹੁੰਦਾ ਜਿੰਨਾ ਮਰਜ਼ੀ ਤੁਸੀਂ ਇੱਕ ਕਹਾਣੀ ਬਣਾ ਲਓ ਨਾ ਲੇਕਿਨ ਇੰਜ ਹੁੰਦਾ ਨਹੀਂ ਸੋਚਣਾ ਸੋਚਣਾ ਕਿਹੜਾ ਪੈਸੇ ਲੱਗਦੇ ਨੇ ਕਿਹੜਾ ਬੇਲਾਂ ਦਾ ਸੋਚਣਾ ਤੁਸੀਂ ਸੋਚ ਲਓ ਦਿਨ ਨੂੰ ਤਸੱਲੀ ਲਈ ਦਿਨ ਨੂੰ ਸਕੂਲ ਦੇ ਦਿਨ ਲਈ ਆਪਣੇ ਆਪ ਨੂੰ ਐਨੇ ਚੀਜ਼ਾਂ ਸੋਚ ਲਈ ਦੀਆਂ ਕਿ ਚਲੋ ਇੰਜ ਵੀ ਹੋਏਗਾ ਨਾ ਤੇ ਚਲੋ ਜੀ ਉਹ ਮਜ਼ਾਕ ਕਰਨੀ ਖਾਂਦੇ ਪਿੰਦੇ ਤੁਰਦੇ ਫਿਰਦੇ ਹੀ ਸੋਨੇ ਲੱਗਦੇ ਨੇ ਮੌਸਮ ਦਾ ਮੌਸਮ ਤਾਂ ਹੌਨ ਜੁਆਏ ਕਰ ਲਿਆ ਖੈਰ ਅਸੀਂ ਪਹੁੰਚ ਲਏ ਆ ਬਸ ਅਜੀ ਦਿਲ ਕਰੰਦੇ ਆ ਅਸੀਂ ਜਾ ਕੇ ਚੱਕਰ ਲਾ ਕੇ ਆਈਏ ਤੇ ਉਹਨਾਂ ਨੇ ਨਾ ਆਪਣਾ ਇੱਕ ਘਾਰ ਲਿਆ ਆ ਵੇ ਆਪਣਾ ਆਪਣਾ ਇੱਕ ਨੇ ਘਾਰ ਮਾਸ਼ਲਾ ਲਿਆ ਵੇ ਤੇ ਮੈਂ ਕਿ ਚਲੋ ਮੁਬਾਰਕ ਵੈਰਾ ਦੇ ਆ ਯੇ ਤੇ ਉਹਨਾਂ ਨੇ ਕਾਫੀ ਦਿਨਾਂ ਦਾ ਲਿਆ ਆ ਕਾਫੀ ਢੇਰ ਦਾ ਲਿਆ ਆ ਤੇ ਉਹ ਸਪੈਸ਼ਲ ਇੱਕ ਹੁੰਦਾ ਨਾ ਜਾ ਕੇ ਜਰਾ ਖੁਸ਼ੀ ਹੁੰਦੀ ਹੈ ਕਿ ਜ਼ਾਰੀ ਕਾਲੇ ਕੋਈ ਘਾਰ ਆਪਣਾ ਉਹ ਵੀ ਜਰਮਨੀ ਚ ਰਹਿ ਕੇ ਕੋਈ ਘਾਰ ਲੈਂਦਾ ਨਾ ਕੋਈ ਸੋਖਾ ਨਹੀਂ ਜੇ ਐ ਸੱਚੀ ਗੱਲ ਬੜੇ ਪੇਪਰ ਪੇਪਰ ਵਾਲ ਨੇ ਪੈਂਦੇ ਨੇ ਪੇਪਰ ਨਹੀਂ ਪਾਪੜ ਤੇ ਪਾਪੜ ਬੇਨੇ ਪੈਂਦੇ ਨੇ ਤੇ ਅਸੀਂ ਪਹੁੰਚ ਗਏ ਮਾਸ਼ਾਅੱਲਾ ਗੱਲਾਂ ਬਾਤਾਂ ਕੀਤੀਆਂ ਬਾਜੀ ਆਂਦੇ ਕਿਚਨ ਚ ਲੱਗੇ ਸਨ ਖਾਣਾ ਸ਼ਨਾ ਬਿਲਕੁਲ ਰੈਡੀ ਤੇ ਮਜ਼ਾ ਆ ਗਿਆ ਬੜੀ ਭੁੱਖ ਲੱਗੀ ਸੀ ਖਾਣੇ ਵਿੱਚ ਚਨੇਲਾ ਪਲਾਉ ਸੀ ਰੋਸਟੀ ਹਲੀਮ ਸੀ ਸ਼ਲजम گوشਤ ਸੀ ਮੈਂ ਕਿਹਾ ਮੈਨੂੰ ਤੇ ਐਸੀ ਕਿਸੇ ਬਾਜੀ ਵਲੀਮੇ ਤੇ ਆ ਗਏ ਆ ਹਾਂ ਤੁਸੀਂ ਇੰਨਾ ਕੁਝ ਪਕਾ ਲਿਆ ਵੇ ਥੋੜੀ ਦੇਰ ਲਈ ਥੋੜਾ ਜਿਹਾ ਦੱਸਿਆ ਤੇ ਬਸ ਬਾਜੀ ਸਾਡੇ ਇੰਜ ਦੇ ਨੇ ਬੰਦੇ ਨਹੀਂ ਹੈ ਸਕੂਨ ਨਹੀਂ ਹੈ ਇਹਨਾਂ ਨੂੰ ਖੈਰ ਬੱਚੇ ਬੜੇ ਖੁਸ਼ ਹੁੰਦੇ ਨੇ ਜਾ ਕੇ ਅੱਜ ਲੁਕਮਾਨ ਨਹੀਂ ਸੀ ਗਿਆ ਲੁਕਮਾਨ ਦੀ ਮਰਜ਼ੀ ਦੀ ਸਾਰਾ ਖਾਣਾ ਬਣਿਆ ਸੀ ਤੇ ਖਾਣਾ ਮੈਂ ਨਾਲ ਵੀ ਲੈ ਕੇ ਆ ਗਏ ਮੈਂ ਕਿਹਾ ਚਲੋ ਫਿਰ ਇੰਜ ਤੇ ਇੰਜ ਸੇ ਇੰਨਾ ਬਣਾਇਆ ਤੇ ਫਿਰ ਹਲੀਮ ਨਾਲ ਲੈ ਕੇ ਲੁਕਮਾਨ ਲਈ ਜਿਹੜੀ ਬੜੀ ਮਜ਼ੇਦਾਰ ਟੇਸਟੀ ਹਲੀਮ ਤੇ ਸਾਰ ਐ ਮੈਂ ਰਸਿ ਬਾਜੀ ਕੋਲ ਸਿੱਖਿਆ ਹੋਏ ਬੜੀ ਨੰਨ ਤੇ ਹਲੀਮ ਵੀਰ ਉਹਨੇ ਮੈਨੂੰ ਸਿਖਾਈ ਹੈ ਜਦ ਮੈਂ ਯਹਾਂ ਆਈ ਤੇ ਸਾਰ ਜੋ ਬਰੋਕਲੀ ਕਾ ਬਣਾਤੀ ਉਹ ਵੀ ਈਸੀ ਬਾਜੀ ਸੇ ਮੈਨੇ ਸਿੱਖਿਆ ਹੈ ਜ਼ਰਦਾ ਮੈਨੇ ਆਪਣੀ ਜਿਠਾਣੀ ਸੇ ਸਿੱਖਿਆ ਜਿਹਦੇ ਜਿਹਦੇ ਕੋਲ ਸਿੱਖਿਆ ਨਾ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਲੋਕੋ ਕੇ ਆਪਣੇ ਨੰਬਰ ਨਾ ਬਣਾਇਆ ਕਰੋ ਕੋਈ ਵੀ ਕਿਸੇ ਕੋ ਕੰਮ ਸਿੱਖਿਆ ਹੋਵੇ ਜਾਂ ਕਿਸੇ ਨਾਲ ਤੁਹਾਨੂੰ ਕੁਛ ਵੀ ਸਿਖਾਇਆ ਹੈ ਨਾ ਤਾਂ ਉਹਨੂੰ ਕੋਈ ਉਹ ਕੰਮ ਕਰ ਦੇ ਨਾ ਤੈਨੂੰ ਐਪਰੀਸ਼ੀਏਟ ਕਰਿਆ ਕੋ ਨਾਮ ਲਿਆ ਕਰੋ ਚਲੋ ਜੀ ਮੈਨੂੰ ਦੇਵੋ ਇਜਾਜ਼ਤ ਅੱਲਾ ਫੇਜ਼